ਪੋਤਿਆਂ ਨੇ ਕੀਤਾ ਦਾਦੀ ਦਾ ਕਤਲ। ਸੁੱਤੀ ਪਈ ਦਾ ਘੁੱਟਿਆ ਗਲਾ। ਰਿਸ਼ਤੇਦਾਰ ਨਾਲ ਮਿਲ ਕੇ ਕੀਤੀ ਵਾਰਦਾਤ। ਦਾਦੀ ਦੀ ਜ਼ਮੀਨ ਤੇ ਸੀ ਪੋਤਿਆਂ ਦੀ ਅੱਖ। ਤਾਂ ਦਿਲ ਨੂੰ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਜ਼ਮੀਨ ਨੂੰ ਲੈ ਕੇ ਪੋਤਿਆਂ ਦੇ ਵੱਲੋਂ ਆਪਣੀ ਦਾਦੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸੁੱਤੀ ਪਈ ਦਾ ਗਲਾ ਘੁੱਟਿਆ ਗਿਆ ਔਰ ਗਲਾ ਘੁੱਟਦੇ ਸਮੇਂ ਉਸਦੇ ਕੰਨਾਂ ਦੇ ਵਿੱਚ ਪਾਈਆਂ ਸੋਨੇ ਦੀਆਂ ਬਾਲੀਆਂ ਵੀ ਇਹਨਾਂ ਪੋਤਿਆਂ ਦੇ ਵੱਲੋਂ ਝਪਟੀਆਂ ਗਈਆਂ। ਤਾਂ ਕੁਝ ਸਮੇਂ ਬਾਅਦ ਪੁਲਿਸ ਦੇ ਵੱਲੋਂ ਇਹਨਾਂ ਪੋਤਿਆਂ ਨੂੰ ਕਾਬੂ ਕੀਤਾ ਗਿਆ। ਆਪਣੀ ਦਾਦੀ ਦਾ ਬੜੀ ਬੇਰਹਿਮੀ ਦੇ ਨਾਲ ਇਹਨਾਂ ਦੇ ਵੱਲੋਂ ਕਤਲ ਕੀਤਾ ਗਿਆ ਸੀ। ਔਰ ਦੱਸ ਦਈਏ ਕਿ ਦਾਦੀ ਦੀ ਜ਼ਮੀਨ 'ਤੇ ਇਹਨਾਂ ਦੀ ਅੱਖ ਸੀ, ਕਿਉਂਕਿ ਦਾਦੀ ਆਪਣੀਆਂ ਬੇਟੀਆਂ ਨੂੰ ਜ਼ਮੀਨ ਦੇਣਾ ਚਾਹੁੰਦੀ ਸੀ। ਇਸ ਕਰਕੇ ਇਹਨਾਂ ਪੋਤਿਆਂ ਨੇ ਆਪਣੀ ਦਾਦੀ ਦਾ ਕਤਲ ਕੀਤਾ। ਫਾਜ਼ਿਲਕਾ ਦੇ ਪਿੰਡ ਆਲਮ ਸ਼ਾਹ ਦੇ ਵਿੱਚ ਇਹ ਵਾਰਦਾਤ ਹੋਈ ਸੀ। ਦੋ ਪੋਤਿਆਂ ਨੇ ਆਪਣੀ ਮਾਸੀ ਦੇ ਮੁੰਡੇ ਦੇ ਨਾਲ ਰਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ ਔਰ ਘਰ ਦੇ ਵਿੱਚ ਹੀ ਮੌਜੂਦ ਰਹੇ। ਔਰ ਪੁਲਿਸ ਦੇ ਵੱਲੋਂ ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਇਹਨਾਂ ਦੋ ਪੋਤਿਆਂ ਨੂੰ ਮਾਸੀ ਦੇ ਮੁੰਡੇ ਸਣੇ ਕਾਬੂ ਕੀਤਾ ਗਿਆ। ਤਾਂ ਦੱਸ ਦਈਏ ਕਿ ਦਾਦੀ ਦਾ ਸੁੱਤੀ ਪਈ ਦਾ ਕਤਲ ਇਹਨਾਂ ਪੋਤਿਆਂ ਦੇ ਵੱਲੋਂ ਕੀਤਾ ਗਿਆ ਸੀ ਜ਼ਮੀਨ ਨੂੰ ਲੈ ਕੇ, ਕਿਉਂਕਿ ਜ਼ਮੀਨ ਜਿਹੜੀ ਦਾਦੀ ਆਪਣੀ ਬੇਟੀਆਂ ਨੂੰ ਦੇਣਾ ਚਾਹੁੰਦੀ ਸੀ, ਜਿਸ ਕਰਕੇ ਇਹਨਾਂ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ। ਲੁੱਟ ਦੀ ਖਬਰ ਬਣਾਉਣ ਦੇ ਲਈ ਇਹਨਾਂ ਨੇ ਉਸ ਦੀਆਂ ਸੋਨੇ ਦੀਆਂ ਬਾਲੀਆਂ ਵੀ ਲੁੱਟ ਲਈਆਂ। ਤਾਂ ਪੁਲਿਸ ਦੇ ਵੱਲੋਂ 48 ਘੰਟਿਆਂ ਦੇ ਵਿੱਚ ਇਹਨਾਂ ਦਰਿੰਦਿਆਂ ਨੂੰ ਕਾਬੂ ਕੀਤਾ ਗਿਆ। ਜੀ, ਜਿਵੇਂ ਤੁਹਾਨੂੰ ਸਾਰਿਆਂ ਨੂੰ ਧਿਆਨ ਹੋਣਾ ਹੈ, 28 ਤਾਰੀਖ ਨੂੰ ਇੱਕ ਅਨਫੋਰਚੁਨੇਟ ਇੰਸੀਡੈਂਟ ਹੋਇਆ ਸੀ, ਜਿਹ 'ਚ 82 ਈਅਰ ਓਲਡ ਮਿਸਿਸ ਕੌਸ਼ਲਿਆ ਦੇਵੀ, ਉਹਨਾਂ ਦੀ ਅਨਫੋਰਚੁਨੇਟ ਇੱਕ ਬਹੁਤ ਹੀ ਦਰਦਨਾਕ ਤਰੀਕੇ ਨਾਲ ਉੱਥੇ ਮਰਡਰ ਹੋਇਆ ਸੀ ਅਤੇ ਉਹਨਾਂ ਦੇ ਕੰਨਾਂ ਦੀਆਂ ਬਾਲੀਆਂ ਕੋਈ ਲਿਆ ਕੇ ਲੈ ਗਿਆ ਸੀ। ਇਹ ਪਿੰਡ ਆਲਮ ਸ਼ਾਹ ਦਾ ਇੰਸੀਡੈਂਟ ਸੀ। ਸੋ ਇਸ ਇਸ਼ੂ ਦੇ ਰਿਗਾਰਡਿੰਗ ਇਨ ਲੈਸ ਦੈਨ 48 ਆਵਰਸ ਸਾਡੀ ਜਿਹੜੀ ਟੀਮ ਹੈ ਲੈਡ ਬਾਏ SP ਆਪਰੇਸ਼ਨ ਕਰਨਵੀਰ ਜੀ ਐਂਡ DSP ਡੀ ਰਿਸ਼ਪਾਲ ਜੀ, DSP ਫਾਜ਼ਿਲਕਾ ਸੁਬੇਦ ਜੀ ਹੂ ਇਜ਼ ਨੋਟ ਹੇਅਰ ਡਿਊ ਟੂ ਸਮ ਇੰਪੋਰਟੈਂਟ ਮੈਟਰ, ਔਰ ਸਾਡੀ ਜਿਹੜੀ ਇੱਕ ਸਪੈਸ਼ਲ ਜਿਹੜੀ ਟੀਮ ਆਪਾਂ ਇਹ 'ਚ ਬਣਾਈ ਸੀ, ਔਰ SHO ਸਦਰ, ਉਹਨਾਂ ਦੀ ਵੱਖ ਵੱਖ ਟੀਮਾਂ ਨੇ ਇਹ 'ਚ ਬਹੁਤ ਵਧੀਆ ਕੰਮ ਕੀਤਾ ਹੈ ਅਤੇ ਇਨ ਲੈਸ ਦੈਨ 48 ਆਵਰਸ ਦਿਸ ਕੇਸ ਹੈਜ਼ ਬੀਨ ਟਰੇਸਡ। ਇਹ 'ਚ ਜਿਹੜੇ ਮੇਨ ਐਕਿਊਜ਼ਡ ਜਿਹੜੇ ਦੋਸ਼ੀ ਨਿਕਲੇ ਹੈ ਉਹ ਬਹੁਤ ਅਨਫੋਰਚੁਨੇਟਲੀ ਜਿਹੜੀ ਡਿਸੀਜ਼ਡ ਸੀ ਉਹਨਾਂ ਦੇ ਗ੍ਰੈਂਡਸਨ ਸੀ, ਉਹਨਾਂ ਦੇ ਪੋਤਰੇ ਸੀ, ਅਤੇ ਉਹਨਾਂ ਦੇ ਨਾਮ ਹੈਗੇ ਨਰੇਸ਼ ਸਿੰਘ ਅਤੇ ਸੁਖਚੈਨ ਸਿੰਘ, ਉਹ ਉਹਦੇ ਸਗੇ ਪੋਤਰੇ ਸੀ। ਅਤੇ ਇਹਦੇ 'ਚ ਜਿਹੜਾ ਥਰਡ ਐਕਿਊਜ਼ਡ ਹੈ ਉਹਦਾ ਨਾਮ ਹੈ ਰਮਨਦੀਪ ਸਿੰਘ, ਜਿਹੜਾ ਕਿ ਨਰੇਸ਼ ਦੇ ਮਾਸੀ ਦਾ ਮੁੰਡਾ ਸੀ। ਯਾਨੀ ਇਹ ਤਿੰਨਾਂ ਹੀ ਸੀ ਜਿਨ੍ਹਾਂ ਨੇ ਇਹ ਗਿਣੀਮਿਤੀ ਸਾਜ਼ਿਸ਼ ਦੇ ਤਹਿਤ ਇਹ ਪ੍ਰੋਪਰ ਪਲੈਨਿੰਗ ਕੀਤੀ ਅਤੇ ਆਪਣੀ ਦਾਦੀ ਦਾ ਜਿਹੜਾ ਹੈਗਾ ਉੱਥੇ ਮਰਡਰ ਕੀਤਾ। ਪ੍ਰਾਇਮਰੀ ਇਨਫੋਰਮੇਸ਼ਨ ਸਾਡੇ ਕੋਲ ਇਹਨਾਂ ਨੇ ਇਹ ਦੱਸੀ ਕਿ ਇਹ ਬਾਹਰ ਗਏ ਸੀ ਰਾਤੀ, ਅਤੇ ਉਸ ਤੋਂ ਬਾਅਦ ਜਦੋਂ ਮੋਰਨਿੰਗ ਇਹ ਆਏ ਤਾਂ ਇਹਨਾਂ ਨੇ ਇਹ ਦੱਸਿਆ ਕਿ ਇਹਨਾਂ ਦੀ ਦਾਦੀ ਜਿਹੜੀ ਹੈਗੀ ਉਹਦਾ ਮਰਡਰ ਹੋ ਗਿਆ। ਵੈਨ ਆਫਟਰ ਦ ਰਿਚੁਅਲਸ ਐਂਡ ਆਲ ਜਦੋਂ ਇਹਨਾਂ ਨਾਲ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤੇ ਇਹਨਾਂ ਨੇ ਇਹ ਦੱਸਿਆ ਕਿ ਇੱਕ ਲੈਂਡ ਤੇ ਪ੍ਰੋਪਰਟੀ ਡਿਸਪਿਊਟ ਜਿਹੜਾ ਸੀਗਾ ਦੈਟ ਵਾਜ਼ ਦ ਮੇਨ ਰੀਜ਼ਨ ਫੋਰ ਦ ਮਰਡਰ, ਤੇ ਦਾਦੀ ਕੋਲ ਇੱਕ ਸਰਟਨ ਪੀਸ ਆਫ ਲੈਂਡ ਸੀ ਜਿਹਦੀ ਇਨਕਮ ਉਹ ਇੱਥੇ ਇਹਨਾਂ ਨੂੰ ਨਹੀਂ ਦਿੰਦੀ ਸੀ, ਤੇ ਉਸ ਗੱਲ ਤੇ ਨਾਰਾਜ਼ ਹੋ ਕੇ ਇਹਨਾਂ ਨੇ ਇਹ ਪੂਰੀ ਕੌਨਸਪਿਰੇਸੀ ਕੀਤੀ ਤੇ ਉਸ ਤੋਂ ਬਾਅਦ ਇਹਨਾਂ ਨੇ ਦਾਦੀ ਦਾ ਉੱਥੇ ਮਰਡਰ ਕੀਤਾ। ਐਂਡ ਦੈਨ ਇਟ ਵਾਜ਼ ਮੇਡ ਟੂ ਲੁੱਕ ਲਾਈਕ ਅ ਬਲਗਰਲੀ,
ताकि किसी को उन पे शक ना हो। तो ये केस इन्हां दी तिन्हां दी एज जी 23 तो लेके 27 सालों दे विच हैगी जी। पहले मामला दर्ज इन्हां दे ऊपर नहीं, ये फर्स्ट टाइम मर्स हैगी जी। मर्डर वेपन नहीं, इन्होंने स्ट्रैंगुलेट ही किया विद द क्लोथ्स दैट द डिसीज्ड वाज वेयरिंग। ਉਹਨੂੰ ਹੀ ਯੂਜ਼ ਕਰਕੇ ਇਹਨਾਂ ਨੇ ਉੱਥੇ ਹੀ ਇਹਦਾ ਇਹ ਤੋਂ ਜੀ ਯੈਟ ਟੂ ਬੀ ਵੈਰੀਫਾਈਡ ਹੈਗੀ, ਬਟ ਮੇਨ ਮੋਟਿਵ ਹੀ ਹੈ। ਮੈਂ ਜ਼ਮੀਨ ਦੇ ਇੱਕ ਮਾਮਲਾ ਸੀਗਾ ਤੇ ਇਸ ਤੋਂ ਪਹਿਲਾਂ ਵੀ ਕੋਈ ਝਗੜਾ ਹੋਇਆ ਜੀ, ਇਸ ਤਰ੍ਹਾਂ ਦਾ ਕੋਈ ਪੁਲਿਸ ਕੋਲ ਕੇਸ ਆਇਆ ਜੀ ਇਸ ਮਾਮਲੇ? ਪੁਲਿਸ ਕੋਲ ਇਹਦੇ ਰਿਗਾਰਡਿੰਗ ਕੁਝ ਨਹੀਂ, ਜਿਵੇਂ ਘਰੇ ਹੋ ਜਾਂਦਾ ਹੈ, ਘਰਾਂ 'ਚ ਬਹੁਤ ਜੀਆਂ 100 ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਹੈਗੀਆਂ। ਸੋ ਇੱਕ ਵਿਊਅਰ ਡਿਸਕਸ ਸੇਇੰਗ ਕਿ ਇੱਕ ਇਹਨੂੰ ਨਾ ਇੱਕ ਸੋਸ਼ਲ ਐਂਗਲ ਤੋਂ ਵੀ ਦੇਖਣ ਦੀ ਬਹੁਤ ਜ਼ਿਆਦਾ ਲੋੜ ਹੈ ਕਿ ਸਾਡੀ ਵੈਲਿਊਜ਼ ਕਿੱਥੇ ਜਾ ਰਹੀ ਹੈ, ਸਾਡੀ ਜਿਹੜੀ ਫੈਮਿਲੀਜ਼ ਹੈਗੀ ਉਹ ਡਿਸਇੰਟੀਗ੍ਰੇਟ ਹੋ ਰਹੀ ਹੈ। ਸੋ ਇਟ ਇਜ਼ ਕੁਆਇਟ ਅਨਫੋਰਚੁਨੇਟ। ਦਿਸ ਇਜ਼ ਓਵਰ ਅ ਪੀਰੀਅਡ ਆਫ ਟਾਈਮ। ਜਿਹੜੀ ਐਗਰੀਕਲਚਰਲ ਲੈਂਡ ਹੁੰਦੀ ਹੈ ਉਹਦੀ ਇੱਕ ਫਿਕਸਡ ਇਨਕਮ ਨਹੀਂ ਹੁੰਦੀ ਹੈ, ਤੋ ਦੈਟ ਵਾਸ ਦ ਮੇਨ ਇਸ਼ੂ। ਔਰ ਇਹ ਚ ਇਹ ਵੀ ਹੈ ਕਿ ਕੁਛ ਇੱਕ ਲੈਂਡ ਜਿਹੜੀ ਇਸ ਲੇਡੀ ਦੇ ਨਾਮ ਤੇ ਸੀ, ਦੇ ਵਾਂਟਡ ਕਿ ਜੀ ਉਹ ਸਾਡੇ ਨਾਮ ਕਰ ਦੇ, ਤੇ ਉਹ ਵੀ ਇੱਕ ਇਸ਼ੂ ਸੀ। ਕਿੰਨੀ ਲੈਂਡ ਸੀ? ਐਸ ਆਈ ਸੈਡ ਕਿ ਜੀ ਦੈਟ ਇਜ਼ ਯੈਟ ਟੂ ਬੀ ਵੈਰੀਫਾਈਡ, ਮੈਂ ਗਲਤ ਹੁਣ ਇਨਫੋਰਮੇਸ਼ਨ ਦੇਵਾਂਗੀ, ਬਟ ਅਰਾਊਂਡ 2 ਏਕਰਸ ਹੈ ਜੀ। ਹਾਂ, ਵਾਰਦਾਤ ਨੂੰ ਅੰਜਾਮ ਕਿਵੇਂ ਦਿੱਤਾ? ਕਰੇ ਜਦੋਂ ਵਾਰਦਾਤ ਕਰਨ ਤੋਂ ਬਾਅਦ ਕਿੱਥੇ ਗਏ ਚਲੇ ਸੀਗੇ? ਇਹਨਾਂ ਨੇ ਰਲ ਕੇ ਇਹ ਕੰਮ ਕੀਤਾ ਜੀ? ਕਰੇ ਇਹਨਾਂ ਨੇ ਰਲ ਕੇ ਇਹ ਕੰਮ ਕੀਤਾ। ਇਹਨਾਂ ਨੇ ਪਹਿਲਾਂ ਇੱਕ ਪਰਟੀਕੂਲਰ ਥਾਂ ਤੇ ਇਕੱਠੇ ਹੋਏ, ਉਸ ਤੋਂ ਬਾਅਦ ਫਿਰ ਇਹ ਇੱਥੇ ਪਹੁੰਚੇ ਹੈ, ਇਹਨਾਂ ਨੇ ਇੰਸੀਡੈਂਟ ਨੂੰ ਅੰਜਾਮ ਦਿੱਤਾ। ਫਿਰ ਇੱਕ ਜਿਹੜਾ ਮੁੰਡਾ ਹੈਗਾ ਤੀਜਾ ਜਿਹੜਾ ਰਮਨਦੀਪ, ਉਹ ਵਾਪਸ ਚਲਾ ਗਿਆ, ਔਰ ਉਸ ਤੋਂ ਬਾਅਦ ਫਿਰ ਇਹ ਦੋਨੋਂ ਇੱਥੇ ਕਰੇ ਸੀ। ਕੋਈ ਗੱਲ ਨਹੀਂ ਆਈ ਇਹ ਸਾਹਮਣੇ, ਇਹ ਤਿੰਨਾਂ ਦਾ ਹੀ ਹਥਿਆਰ ਤੇ ਇਹਦੇ ਵਿੱਚ ਵਰਤਿਆ ਹੀ ਨਹੀਂ ਗਿਆ। ਉਹਨਾਂ ਨੇ ਉਹ ਲੇਡੀ ਜਿਹੜੀ ਡਿਸੀਜ਼ ਸੀ, ਉਹਨੇ ਜਿਹੜੇ ਕੱਪੜੇ ਪਾਏ ਹੋਏ ਸੀ ਉਹਦੇ ਨਾਲ ਹੀ ਉਹਦਾ ਗਲਾ ਘੋਟ ਕੇ। ਹਾਂਜੀ, ਉਹ ਤੋਂ ਫਿਰ ਇੱਕ ਵੈਨ ਦ ਪਰਸਨ ਇਜ਼ ਸਟ੍ਰੈਂਗੂਲੇਟਡ ਓਲਡ ਲੇਡੀ ਹੈ, ਉਹ ਸਾਰੀ ਫੋਰੈਂਸਿਕ ਫਾਈਂਡਿੰਗਸ ਹੈ ਜੀ, ਇੱਕ ਡਾਕਟਰਸ ਦਾ ਬੋਰਡ ਬਣਾ ਕੇ ਆਪਾਂ ਪੋਸਟਮਾਰਟਮ ਕਰਦੇ ਹਾਂ। ਰਡਾਰ ਤੇ ਕਿਵੇਂ ਆਏ ਨੌਜਵਾਨ? ਇਹ ਸਾਰੇ ਰਡਾਰ ਤੇ ਕਿਵੇਂ ਆਏ ਪੁਲਿਸ ਦੇ? ਕਿਉਂਕਿ ਇੱਕ ਵੱਡਾ ਕਤਲ ਚੈਲੰਜ ਸੀਗਾ ਪੁਲਿਸ ਦੇ ਲਈ। ਯੈਸ, ਇਟ ਵਾਸ ਅ ਬਲਾਈਂਡ ਮਰਡਰ ਕੇਸ, ਹਮ ਆਪਕੋ ਆਪਣੇ ਟ੍ਰੇਡ ਸੀਕ੍ਰੇਟਸ ਥੋੜੀ ਬਤਾਏਂਗੇ। ਪੋਸਟਮਾਰਟਮ ਹੋ ਰਿਹਾ ਸੀਗਾ ਜਾਂ ਲਾਸ਼ ਦਾ ਸੰਸਕਾਰ ਕੀਤਾ ਗਿਆ, ਇਹ ਫੈਮਿਲੀ ਦੇ ਨਾਲ ਹੀ ਸੀ?